ਅੱਜ ਕੋਈ ਵੀ ਸਬਜ਼ੀ ਹੈ ਨਹੀਂ ਸੀ ਅਤੇ ਇੱਧਰ ਆਪਾਂ ਇੱਕ ਕੋਲੀ ਜਿਹੜੀ ਦਹੀਂ ਦੀ ਉਹ ਬਚੀ ਪਈ ਸੀ ਅਤੇ ਮੈਂ ਕਿਹਾ ਚਲੋ ਜੀ ਇਹ ਤੋਂ ਇੱਕ ਸਬਜ਼ੀ ਤਿਆਰ ਕਰਦੇ ਹਾਂ, ਕਿਉਂਕਿ ਬਹੁਤ ਹੀ ਟੇਸਟੀ ਜਿਹੜੀ ਰੈਸਪੀ ਤਿਆਰ ਹੁੰਦੀ ਹੈ। ਇਹਦੇ ਵਿੱਚ ਆਪਾਂ ਪਾਵਾਂਗੇ ਜੀ ਪਿਆਜ਼, ਟਮਾਟਰ ਅਤੇ ਹਰੀ ਮਿਰਚ। ਗੈਸ ਆਪਾਂ ਔਨ ਕਰ ਲੈਣਾ ਅਤੇ ਕੜਾਹੀ 'ਚ ਆਪਾਂ ਪਾਵਾਂਗੇ ਜੀ 2-3 ਚਮਚ ਤੇਲ ਦੇ, ਅਤੇ ਇਹਨੂੰ ਆਪਾਂ ਗਰਮ ਹੋਣ ਦੇਵਾਂਗੇ। ਇਹਦੇ ਵਿੱਚ ਆਪਾਂ ਜੀਰਾ, ਹਿੰਗ, ਰਾਈ, ਜੋ ਵੀ ਆਪਾਂ ਨੂੰ ਚੀਜ਼ਾਂ ਵਧੀਆ ਲੱਗਦੀਆਂ ਉਹ ਆਪਾਂ ਪਾ ਸਕਦੇ, ਕਿਉਂਕਿ ਟੇਸਟ ਵਧੀਆ ਹੁੰਦਾ। ਆਪਾਂ ਜੀਰਾ ਪਾ ਕੇ ਇਹਨੂੰ ਗਰਮ ਕਰ ਲਿਆ ਸੀਗਾ, ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਰੀ ਮਿਰਚ, ਜਿਹੜੀਆਂ 3-4 ਆਪਾਂ ਬਰੀਕ ਬਰੀਕ ਕੱਟ ਕੇ ਲਈਆਂ ਹੋਈਆਂ ਨੇ, ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲੈਣਾ ਗਾ। ਅਤੇ ਉਸ ਤੋਂ ਬਾਅਦ ਜਿਹੜੇ ਪਿਆਜ਼ ਨੇ ਜੀ, ਇਹ ਆਪਾਂ ਵੱਧ ਘੱਟ ਪਾ ਸਕਦੇ ਹਾਂਗੇ, ਬਰੀਕ ਬਰੀਕ ਜਿਹੜੇ ਆਪਾਂ ਲੰਮੇ ਲੰਮੇ ਕੱਟੇ ਹੋਏ ਨੇ ਬਰੀਕ ਵੀ ਕੱਟ ਸਕਦੇ ਹਾਂਗੇ। ਅਤੇ ਹੁਣ ਆਪਾਂ ਇਹਨਾਂ ਨੂੰ ਹਲਕਾ ਜਿਹਾ ਬਰਾਊਨ ਹੋਣ ਤੱਕ ਭੁੰਨਾਂਗੇ, ਚੰਗੀ ਤਰ੍ਹਾਂ ਮਿਕਸ ਕਰ ਲੈਣਾ ਗਾ। ਅਤੇ ਹੁਣ ਜਿਵੇਂ ਕਈ ਵਾਰ ਆਪਣੇ ਕੋਈ ਵੀ ਸਬਜ਼ੀ ਨਹੀਂ ਹੁੰਦੀ ਜਾਂ ਸਬਜ਼ੀਆਂ ਤੋਂ ਜੀ ਅੱਕ ਜਾਂਦਾ, ਦਹੀਂ ਜਿਵੇਂ ਪਈ ਹੁੰਦੀ ਆ, ਤਾਂ ਆਪਾਂ ਉਹਨੂੰ ਤੜਕਾ ਲਾ ਕੇ ਇਸ ਪ੍ਰਕਾਰ ਤਿਆਰ ਕਰ ਸਕਦੇ, ਬਹੁਤ ਹੀ ਟੇਸਟੀ ਬਣਦੀ ਹੈਗੀ ਅਤੇ ਬੇਹੱਦ ਜ਼ਿਆਦਾ ਵਧੀਆ ਟੇਸਟ ਆਉਂਦਾ ਗਾ। ਅਤੇ ਇਹਨੂੰ ਆਪਾਂ ਹਲਕਾ ਜਿਹਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਅਦਰਕ, ਲਸਣ ਅਤੇ ਟਮਾਟਰ ਦਾ ਪੇਸਟ ਪਿਆ ਸੀਗਾ ਉਹ ਆਪਾਂ ਇਹਦੇ ਵਿੱਚ ਪਾ ਲਿਆ, ਜੇ ਤੁਸੀਂ ਚਾਹੋ ਤਾਂ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਅਦਰਕ ਲਸਣ, ਅਤੇ ਨਹੀਂ ਇਹਨਾਂ ਦਾ ਪੇਸਟ ਵੀ ਆਪਾਂ ਤਿਆਰ ਕਰ ਸਕਦੇ ਹਾਂ। ਅਤੇ ਇੱਧਰ ਜਿਹੜੇ ਟਮਾਟਰ ਸੀਗੇ ਉਹ ਵੀ ਆਪਾਂ ਇੱਕ ਕੌਲੀ, ਮਤਲਬ 2 ਜਿਹੜੇ ਟਮਾਟਰ ਸੀ ਉਹ ਬਰੀਕ ਕੱਟੇ ਹੋਏ ਸੀਗੇ, ਇਹਦੇ ਵਿੱਚ ਪਾ ਕੇ ਇਹਨਾਂ ਨੂੰ ਵੀ ਆਪਾਂ ਮਿਕਸ ਕਰ ਲਾਂਗੇ, ਅਤੇ 3-4 ਮਿੰਟ 'ਤੇ ਆਪਾਂ ਇਹਨੂੰ ਮੀਡੀਅਮ 'ਤੇ ਰੱਖ ਕੇ ਪਕਾ ਲੈਣਾ, ਤਾਂ ਜੋ ਇਹਨਾਂ ਵਿੱਚ ਕੋਈ ਵੀ ਕੱਚਾਪਣ ਨਾ ਰਹੇ ਅਤੇ ਵਧੀਆ ਟੇਸਟੀ ਬਣ ਕੇ ਤਿਆਰ ਹੋਣ ਅਤੇ ਵਧੀਆ ਪੱਕ ਜਾਣ। ਅਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਨੇ ਜੀ ਮਸਾਲੇ, ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ, ਮਿਰਚ, ਹਲਦੀ ਪਾਊਡਰ ਅਤੇ ਗਰਮ ਮਸਾਲਾ ਪਾਊਡਰ, ਜਿੰਨਾ ਕੁ ਆਪਾਂ ਸਮਾਨ ਲਿਆ ਉਹਦੇ ਹਿਸਾਬ ਨਾਲ ਆਪਾਂ ਇਹਨਾਂ ਨੂੰ ਪਾ ਸਕਦੇ ਹਾਂ। ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਗਾ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 2-3 ਚਮਚ ਪਾਣੀ ਦੇ, ਤਾਂ ਜੋ ਜਿਹੜੀ ਸਾਰਾ ਆਪਣਾ ਮਸਾਲਾ ਵਧੀਆ ਬਣ ਕੇ ਤਿਆਰ ਹੋ ਜੇ, ਕੋਈ ਵੀ ਚੀਜ਼ ਕੱਚੀ ਨਾ ਰਹੇ ਅਤੇ ਜਿਹੜਾ ਟੇਸਟ ਆ ਉਹ ਵੀ ਦਹੀਂ ਵਿੱਚ ਵਧੀਆ ਆਵੇ। ਅਤੇ ਹੁਣ ਆਪਾਂ ਇਹਦਾ ਢੱਕਣ ਲਗਾ ਦੇਣਾ ਗਾ ਅਤੇ ਇਹਨੂੰ ਮੀਡੀਅਮ 'ਤੇ ਰੱਖ ਕੇ ਆਪਾਂ 2-3 ਮਿੰਟ ਵਾਸਤੇ ਪੱਕਣ ਦੇਵਾਂਗੇ। ਇੱਧਰ ਜਿਹੜੀ ਕੌਲੀ ਦਹੀਂ ਦੀ ਲਈ ਹੋਈ ਆ, ਇਹਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਲੈਣਾ, ਕਰੀਮੀ ਫੋਮ 'ਚ ਤਿਆਰ ਕਰ ਲੈਣਾ, ਕੋਈ ਵੀ ਫੁੱਟ ਨਹੀਂ ਰਹਿਣਾ ਚਾਹੀਦਾ, ਨਹੀਂ ਤਾਂ ਆਪਣੀ ਜਿਹੜੀ ਦਹੀਂ ਆ ਉਹ ਪਾਟ ਜੂਗੀ ਜਦੋਂ ਵਿੱਚ ਪਾਵਾਂਗੇ। ਵਧੀਆ ਇਹਨੂੰ ਆਪਾਂ ਚੰਗੀ ਤਰ੍ਹਾਂ ਫੈਂਟਣ ਤੋਂ ਬਾਅਦ ਇੱਧਰ ਜਿਹੜਾ ਆਪਾਂ ਜਿਹੜਾ ਮਸਾਲਾ ਧਰਿਆ ਹੋਇਆ ਸੀ ਵਧੀਆ ਪੱਕ ਕੇ ਤਿਆਰ ਹੋ ਗਿਆ। ਗੈਸ ਆ ਜਿਹੜਾ ਉਹ ਆਪਾਂ ਲੋਅ 'ਤੇ ਕਰ ਦੇਣਾ ਹੁਣ, ਅਤੇ ਇਹਦੇ ਵਿੱਚ ਜਿਹੜਾ ਦਹੀਂ ਦਾ ਆਪਾਂ ਵਧੀਆ ਆਪਾਂ ਉਹਨੂੰ ਚੰਗੀ ਤਰ੍ਹਾਂ ਫੈਂਟਿਆ ਸੀਗਾ ਅਤੇ ਇਹਦੇ ਵਿੱਚ ਪਾ ਕੇ ਮਿਕਸ ਕਰ ਦੇਣਾ, ਅਤੇ ਇਹਨੂੰ ਉਦੋਂ ਤੱਕ ਆਪਾਂ ਮਿਕਸ ਕਰੀ ਜਾਣਾ ਜਦੋਂ ਤੱਕ ਇਹਨੂੰ ਇੱਕ ਉਬਾਲ ਆ ਨਹੀਂ ਜਾਂਦਾ। ਗੈਸ ਜਿਹੜਾ ਉਹ ਲੋਅ 'ਤੇ ਹੋਣਾ ਚਾਹੀਦਾ, ਫੁੱਲ 'ਤੇ ਆਪਾਂ ਨਹੀਂ ਕਰਨਾ, ਨਹੀਂ ਤਾਂ ਜਿਹੜੀ ਦਹੀਂ ਪਾਈ ਉਹ ਪਾਟ ਜੂਗੀ ਅਤੇ ਬਿਲਕੁਲ ਬੇਕਾਰ ਜਿਹੜੀ ਰੈਸਪੀ ਉਹ ਤਿਆਰ ਹੋਊਗੀ। ਸੋ ਇਸ ਪ੍ਰਕਾਰ ਜਦੋਂ ਇਹਨੂੰ ਉਬਾਲਾ ਆ ਜਾਂਦਾ ਅਤੇ ਇਹਦੇ ਵਿੱਚ ਜਿਹੜੇ ਬੈਕਟੀਰੀਆ ਨੇ ਉਹ ਵੀ ਖਤਮ ਹੋਏ, ਜਿਵੇਂ ਕਹਿ ਦਿੰਦੇ ਨੇ ਕਿ ਭਾਦੋ ਦੇ ਮਹੀਨੇ ਵਿੱਚ ਬਹੁਤ ਹੀ ਜ਼ਿਆਦਾ ਬੈਕਟੀਰੀਆ ਬਣ ਜਾਂਦੇ ਨੇ ਦਹੀਂ ਵਿੱਚ, ਦਹੀਂ ਨਹੀਂ ਖਾਣੀ ਚਾਹੀਦੀ, ਤਾਂ ਆਪਾਂ ਜਿਹੜੀ ਇਹ ਰੈਸਪੀ ਉਹ ਬਣਾ ਕੇ ਖਾ ਸਕਦੇ ਹਾਂ, ਕਿਉਂਕਿ ਇਹਦੇ ਜਿਹੜਾ ਭਾਦੋ ਦਾ ਮਹੀਨਾ ਹੈਗਾ ਇਹਦੇ ਵਿੱਚ ਕਹਿ ਦਿੰਦੇ ਨੇਗੇ ਵੀ ਡਾਕਟਰ ਵੀ ਅਡਵਾਈਸ ਦਿੰਦੇ ਨੇ ਕਿ ਵੀ ਇਹਦੇ ਨਾਲ ਤੁਹਾਨੂੰ ਖਾਂਸੀ ਜ਼ੁਕਾਮ ਵੀ ਹੋ ਸਕਦਾ, ਵੀ ਦਹੀਂ ਤੁਸੀਂ 1 ਮਹੀਨਾ ਬੰਦ ਕਰ ਦਿਓ, ਅਤੇ ਇਹ ਫਿਰ ਆਪਾਂ ਇਹ ਜਿਹੜੀ ਰੈਸਪੀ ਉਹ ਬਣਾ ਕੇ ਖਾ ਸਕਦੇ ਹਾਂ। ਉੱਪਰ ਆਪਾਂ ਹਰਿਆ ਧਨੀਆ ਲਗਾ ਦਿੱਤਾ ਅਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ, ਇੱਕ ਵਾਰ ਜ਼ਰੂਰ ਟਰਾਈ ਕਰਨਾ ਜੀ। ਵੀਡੀਓ ਵਧੀਆ ਲੱਗੇ ਜ਼ਰੂਰ ਸ਼ੇਅਰ ਕਰਨੀ ਜੀ। ਵੀਡੀਓ ਦੇਖਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।